ਮੈਂ ਬੜੀ ਚਿੰਤਾ ਦਾ ਵਿਸ਼ਾ ਵੀ ਰੂਹ ਖੰਭਦੀ ਹੈ ਕਿ ਅਸੀਂ ਕਿਹੋ ਜਿਹੇ ਪਾਸੇ ਤੁਰ ਪਏ ਹਾਂ। ਪਰ ਇਹ ਨਿੰਦਣ ਜੋ ਘਟਨਾ ਹੈ ਅਸੀਂ ਜਿੰਨੀ ਨਿੰਦਾ ਕੀਤੀ ਜਾਵੇ ਤਾਂ ਉੱਨੀ ਘੱਟ ਹੈ। ਪਰ ਉੱਥੇ ਨਾਲ ਨਾਲ ਮੈਂ ਇਹ ਵੀ ਕਹਾਂਗਾ ਕਿ ਜਿਹੜੀ ਲੋਕਲ ਪੁਲਿਸ ਦੀ ਜਿਹੜੀ ਆ ਉਹ ਵੀ ਕਹਿ ਸਕਦੇ ਹਾਂ ਕਿ ਗੈਰ ਜ਼ਿੰਮੇਵਾਰਾਂ ਨਾਲ ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਉਸ ਭੈਣ ਦੇ ਘਰ ਆਇਆ ਔਰ ਉਹਦੇ ਨਾਲ ਜਿਹੜੀ ਉਸ ਵਾਰਦਾਤ ਦੀ ਹਰ ਘਟਨਾ ਦਾ ਵੇਰਵਾ ਵੀ ਲਿਆ। ਮੇਰੀ ਗੱਲ SSP ਸਾਹਿਬ ਨਾਲ ਵੀ ਹੋਈ ਹੈ ਔਰ ਉਹਨਾਂ ਨੇ ਦੱਸਿਆ ਕਿ ਵੀ ਅਸੀਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਪੰਜਵਾਂ ਜਿਹੜਾ ਹੈ ਉਹ ਆਈਡੈਂਟੀਫਾਈ ਕਰਕੇ ਉਹ ਵੀ ਵੀਡੀਓ ਦਿੱਤੀ ਦੇਖ ਕੇ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼। ਪਰ ਇਹਦੇ 'ਚ ਜਿਹੜਾ ਦੇਖਣ ਵਾਲੀ ਗੱਲ ਹੈ ਕਿ ਵੀ ਉਹ 31 ਤਰੀਕ ਦੀ ਘਟਨਾ ਹੈ ਔਰ 1 ਤਰੀਕ ਨੂੰ ਉਹਨਾਂ ਨੇ ਘਰ ਜੀ ਨੇ ਆਪਣੀ ਕੰਪਲੇਂਟ ਜਿਹੜੀ ਥਾਣੇ ਦੇ, ਜਦਕਿ ਥਾਣੇ ਦੇ ਵਿੱਚ ਇੱਕ ਬੜਾ ਸੀਰੀਅਸ ਮੈਟਰ ਹੈ ਔਰ ਜਦੋਂ ਦਾ ਸਾਡੇ ਧਿਆਨ 'ਚ ਆਇਆ ਪੂਰੇ ਕਿ ਦਿੱਲੀ ਇਹਦੀ ਬਹੁਤ ਬੜੀ ਚਿੰਤਾ ਦਾ ਵਿਸ਼ਾ ਵੀ ਰੂਹ ਖੰਭਦੀ ਹੈ ਕਿ ਅਸੀਂ ਕਿਹੋ ਜਿਹੇ ਪਾਸੇ ਤੁਰ ਪਏ ਹਾਂ। ਪਰ ਇਹ ਨਿੰਦਣ ਜੋ ਘਟਨਾ ਹੈ ਅਸੀਂ ਜਿੰਨੀ ਨਿੰਦਾ ਕੀਤੀ ਜਾਵੇ ਤਾਂ ਉੱਨੀ ਘੱਟ ਹੈ। ਪਰ ਉੱਥੇ ਨਾਲ ਨਾਲ ਮੈਂ ਇਹ ਵੀ ਕਹਾਂਗਾ ਕਿ ਜਿਹੜੀ ਲੋਕਲ ਪੁਲਿਸ ਦੀ ਜਿਹੜੀ ਆ ਉਹ ਵੀ ਕਹਿ ਸਕਦੇ ਹਾਂ ਕਿ ਗੈਰ ਜ਼ਿੰਮੇਵਾਰਾਂ ਨਾਲ ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਉਸ ਭੈਣ ਦੇ ਘਰ ਆਇਆ ਔਰ ਉਹਦੇ ਨਾਲ ਜਿਹੜੀ ਉਸ ਵਾਰਦਾਤ ਦੀ ਹਰ ਘਟਨਾ ਦਾ ਵੇਰਵਾ ਵੀ ਲਿਆ। ਮੇਰੀ ਗੱਲ SSP ਸਾਹਿਬ ਨਾਲ ਵੀ ਹੋਈ ਹੈ ਔਰ ਉਹਨਾਂ ਨੇ ਦੱਸਿਆ ਕਿ ਵੀ ਅਸੀਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਪੰਜਵਾਂ ਜਿਹੜਾ ਹੈ ਉਹ ਆਈਡੈਂਟੀਫਾਈ ਕਰਕੇ ਉਹ ਵੀ ਵੀਡੀਓ ਦਿੱਤੀ ਦੇਖ ਕੇ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼। ਪਰ ਇਹਦੇ 'ਚ ਜਿਹੜਾ ਦੇਖਣ ਵਾਲੀ ਗੱਲ ਹੈ ਕਿ ਵੀ ਉਹ 31 ਤਰੀਕ ਦੀ ਘਟਨਾ ਹੈ ਔਰ 1 ਤਰੀਕ ਨੂੰ ਉਹਨਾਂ ਨੇ ਘਰ ਜੀ ਨੇ ਆਪਣੀ ਕੰਪਲੇਂਟ ਜਿਹੜੀ ਥਾਣੇ ਦੇ, ਜਦਕਿ ਥਾਣੇ ਦੇ ਵਿੱਚ ਇੱਕ ਬੜਾ ਸੀਰੀਅਸ ਮੈਟਰ ਹੈ ਔਰ ਜਦੋਂ ਦਾ ਸਾਡੇ ਧਿਆਨ 'ਚ ਆਇਆ ਪੂਰੇ ਕਿ ਦਿੱਲੀ ਇਹਦੀ ਬਹੁਤ ਬੜੀ ਚਿੰਤਾ ਦਾ ਵਿਸ਼ਾ ਵੀ ਰੂਹ ਖੰਭਦੀ ਹੈ ਕਿ ਅਸੀਂ ਕਿਹੋ ਜਿਹੇ ਪਾਸੇ ਤੁਰ ਪਏ ਹਾਂ। ਪਰ ਇਹ ਨਿੰਦਣ ਜੋ ਘਟਨਾ ਹੈ ਅਸੀਂ ਜਿੰਨੀ ਨਿੰਦਾ ਕੀਤੀ ਜਾਵੇ ਤਾਂ ਉੱਨੀ ਘੱਟ ਹੈ। ਪਰ ਉੱਥੇ ਨਾਲ ਨਾਲ ਮੈਂ ਇਹ ਵੀ ਕਹਾਂਗਾ ਕਿ ਜਿਹੜੀ ਲੋਕਲ ਪੁਲਿਸ ਦੀ ਜਿਹੜੀ ਆ ਉਹ ਵੀ ਕਹਿ ਸਕਦੇ ਹਾਂ ਕਿ ਗੈਰ ਜ਼ਿੰਮੇਵਾਰਾਂ ਨਾਲ ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਉਸ ਭੈਣ ਦੇ ਘਰ ਆਇਆ ਔਰ ਉਹਦੇ ਨਾਲ ਜਿਹੜੀ ਉਸ ਵਾਰਦਾਤ ਦੀ ਹਰ ਘਟਨਾ ਦਾ ਵੇਰਵਾ ਵੀ ਲਿਆ। ਮੇਰੀ ਗੱਲ SSP ਸਾਹਿਬ ਨਾਲ ਵੀ ਹੋਈ ਹੈ ਔਰ ਉਹਨਾਂ ਨੇ ਦੱਸਿਆ ਕਿ ਵੀ ਅਸੀਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਪੰਜਵਾਂ ਜਿਹੜਾ ਹੈ ਉਹ ਆਈਡੈਂਟੀਫਾਈ ਕਰਕੇ ਉਹ ਵੀ ਵੀਡੀਓ ਦਿੱਤੀ ਦੇਖ ਕੇ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼। ਪਰ ਇਹਦੇ 'ਚ ਜਿਹੜਾ ਦੇਖਣ ਵਾਲੀ ਗੱਲ ਹੈ ਕਿ ਵੀ ਉਹ 31 ਤਰੀਕ ਦੀ ਘਟਨਾ ਹੈ ਔਰ 1 ਤਰੀਕ ਨੂੰ ਉਹਨਾਂ ਨੇ ਘਰ ਜੀ ਨੇ ਆਪਣੀ ਕੰਪਲੇਂਟ ਜਿਹੜੀ ਥਾਣੇ ਦੇ, ਜਦਕਿ ਥਾਣੇ ਦੇ ਵਿੱਚ ਇੱਕ ਬੜਾ ਸੀਰੀਅਸ ਮੈਟਰ ਹੈ ਔਰ ਜਦੋਂ ਦਾ ਸਾਡੇ ਧਿਆਨ 'ਚ ਆਇਆ ਪੂਰੇ ਕਿ ਦਿੱਲੀ ਇਹਦੀ ਬਹੁਤ